ਛਿੰਦੀ ਤੇ ਟਰੱਕ ਸ਼ੰਟੀ ਨੇ ਆ ਕੇ ਮੇਰੇ ਥੱਪੜ ਮਾਰੇ ਨੇ। ਮੈਂ ਦੋਸਤੋ ਮੈਂ ਕੀ ਨਾ ਕਰਦਾ ਮੈਂ ਜੇ ਮਰ ਗਿਆ ਤਾਂ ਮੇਰਾ ਮਰਨ ਦਾ ਜ਼ਿੰਮੇਵਾਰ ਰਜਨੀਸ਼ ਮਿੱਤਲ ਸੈਂਟੀ ਪ੍ਰਧਾਨ ਹੋਊਗਾ, ਛਿੰਦੀ ਐਮਸੀ ਹੋਊਗਾ, ਨਾਲ ਟਰੱਕ ਯੂਨੀਅਨ ਵਾਲਾ ਹਨੀ ਹੋਊਗਾ। ਵੀ ਜਦ ਸੌਂ ਖਾ ਲੈਣ, ਮਾਫੀ ਮੰਗ ਲੈਣ, ਜਦ ਪਰਤਾ ਹੋ ਜਾਏ। ਬੀਤੇ ਦਿਨੀ ਨਾਭਾ ਤੋਂ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਵੱਲੋਂ ਪੰਕਜ ਪੱਪੂ ਨਾਂ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿੱਚ ਸਾਰੇ ਹੀ ਵਾਰਡ ਦੇ ਕਰੀਬ 3300 ਵੋਟਰਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਮੁਕੰਮਲ ਤੌਰ 'ਤੇ ਬਾਈਕਾਟ ਵੀ ਕੀਤਾ ਸੀ। ਇਸ ਤੋਂ ਬਾਅਦ ਪੰਕਜ ਪੱਪੂ ਨੂੰ ਮਿਲਣ ਦੇ ਲਈ ਲਗਾਤਾਰ ਸਿਆਸੀ ਆਗੂ ਆ ਰਹੇ ਨੇ। ਦੱਸ ਦਿਓ ਕਿ ਪੰਕਜ ਪੱਪੂ ਨਾਭਾ ਦੇ ਵਾਰਡ ਨੰਬਰ 22 ਦੀ ਮਹਿਲਾ ਕੌਂਸਲਰ ਸੁਜਾਤਾ ਚਾਵਲਾ ਦਾ ਪਤੀ ਹੈ ਅਤੇ ਉਸਨੂੰ ਦੁਕਾਨ ਵਿੱਚ ਵੜ ਕੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਡਾਕਟਰ ਧਰਮਵੀਰ ਗਾਂਧੀ ਤੋਂ ਬਾਅਦ ਹੁਣ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਪੰਕਜ ਪੱਪੂ ਦੇ ਘਰ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਸੁਰਜੀਤ ਰੱਖੜਾ ਨੇ ਕਿਹਾ ਕਿ ਕਾਂਗਰਸ ਸਿੱਧਾ ਗੁੰਡਾਗਰਦੀ 'ਤੇ ਉਤਰ ਆਈ ਹੈ। ਉਹਨਾਂ ਮੰਗ ਕੀਤੀ ਕਿ ਪ੍ਰਧਾਨ ਸੈਂਟੀ ਦੇ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ, ਜੇਕਰ ਪ੍ਰਧਾਨ ਨੇ ਗਲਤੀ ਨਹੀਂ ਮੰਨੀ ਤਾਂ ਉਹ ਮੂੰਹ ਦੀ ਖਾਵੇਗਾ। ਗੁੰਡਾਗਰਦੀ ਕੀਤੀ ਗਈ ਹੈ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਬੇਟੇ, ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਵੀ ਜਦ ਸੌਂ ਖਾ ਲੈਣ, ਮਾਫੀ ਮੰਗ ਲੈਣ, ਜਾਂ ਫਿਰ ਪਰਤਾ ਹੋ ਜਾਏ। ਜਿੰਨੀ ਜਾਗਤੀ ਕੀਤੀ ਹੈ ਅੰਮ੍ਰਿਤ ਸਾਹਮਣੇ ਦੀ ਗੱਲ ਹੈ, ਇਹ ਕੋਈ ਪੜਦੇ ਪੁੱਛੇ ਵਾਲੀ ਗੱਲ ਤਾਂ ਹੈ ਨਹੀਂ। ਗੁੰਡਾਗਰਦੀ ਦੇ ਖਿਲਾਫ਼, ਜਾਗਤੀ ਦੇ ਖਿਲਾਫ਼ ਸਾਰੀ ਦੁਨੀਆ। ਤੁਸੀਂ ਦੇਖਿਆ ਵੀ, ਮੈਂ ਤਾਂ ਫੇਸਬੁੱਕ 'ਤੇ ਦੇਖਿਆ ਕਿ ਜਦੋਂ ਰੋਸ ਮਾਰਚ ਕੱਢਿਆ ਹੈ, ਸਾਰਾ ਸ਼ਹਿਰ ਸਾਰਾ ਬਾੜ ਨਾਲ ਸੀ। ਸੋ ਐਟਲੀਸਟ ਕੋਈ ਨਾ ਕੋਈ ਜਸਟਿਸ ਤਾਂ ਚਾਹੀਦਾ ਨਾ। ਅੱਜ ਅਸੀਂ ਵੀ ਹਮਦਰਦੀ ਕਰਕੇ ਆਏ ਇਹਦੇ ਨਾਲ। ਮੈਂ ਤਾਂ ਹਾਲਾਂਕਿ ਮੁੰਡੇ ਨੂੰ ਮਿਲਿਆ ਵੀ ਘੱਟ ਹਾਂ, ਪਰ ਜਦ ਮੈਂ ਪੜ੍ਹਿਆ ਦੇਖਿਆ ਤਾਂ ਅਸੀਂ ਇੱਥੇ ਆਏ। ਜਾਤੀ ਹਰ ਬੰਦਾ ਇੱਜ਼ਤ ਮਾਣ ਭਾਲਦਾ। ਜੇ ਆਪਾਂ ਕਿਸੇ ਦੇ ਘਰ ਜਾ ਕੇ ਕਿਸੇ ਕੁੱਟਮਾਰ ਕਰਾਂਗੇ, ਇੱਕ ਤੋਂ ਮਾੜੀ ਗੱਲ ਨਿੰਦਣ ਯੋਗ ਗੱਲ ਕੀ ਹੋ ਸਕਦੀ ਹੈ? ਜਿੰਨਾ ਇਹਨੂੰ ਨੀਤੀ ਉਹਨੇ ਛੋੜੀ। ਲੋਕ ਸਭਾ ਚੋਣਾਂ ਨੂੰ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਚੋਣਾਂ 'ਚ? ਆਹ ਮੁੱਦਾ ਹੀ ਨਹੀਂ ਹੈ। ਆਹ ਦੇਖੋ, ਕਾਂਗਰਸ ਦੀ ਜਿਹੜੀ ਗੁੰਡਾਗਰਦੀ ਹੈ, ਉਹਦੀ ਕਰਪਸ਼ਨ ਹੈ, ਉਹਦੇ ਖਿਲਾਫ਼ ਇਲੈਕਸ਼ਨ ਲੜਨੀ ਹੈ। ਸੋ ਨਗਰ ਨਿਗਮ ਦੇ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਦੇ ਖਿਲਾਫ਼ ਲਗਾਤਾਰ ਆਗੂ ਭੜਕੇ ਹੋਏ ਨੇ ਅਤੇ ਸੈਂਟੀ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਪ੍ਰਧਾਨ ਸੈਂਟੀ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵੀ ਇਸਦੀ ਗੁੰਡਾਗਰਦੀ ਲਗਾਤਾਰ ਜਾਰੀ ਹੈ। ਨਾਭਾ ਤੋਂ ਸੁਖਚੈਨ ਸਿੰਘ, ਪੰਜਾਬੀ ਲੋਕ ਚੈਨਲ।